ਅੱਜ ਇੰਡੀਆ ਐਗਰੀ ਐਕਸਪੋ ਦਾ 5th ਐਡੀਸ਼ਨ ਆ ਔਰ 3rd ਡੇ ਹੈ, 5 ਤੋਂ 8 ਦਸੰਬਰ 4 ਦਿਨ ਦਾ ਇਹ ਇਵੈਂਟ ਹੈ, ਕੱਲ੍ਹ ਲਾਸਟ ਡੇ ਹੈ ਸੰਡੇ। ਬਹੁਤ ਸਾਰੇ ਕਿਸਾਨ ਭਰਾ ਸਾਡੇ ਕੋਲ ਪਹੁੰਚ ਚੁੱਕੇ ਨੇ, ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਪਰ ਜਿਹੜੇ ਨਹੀਂ ਵੀ ਆਏ ਮੈਂ ਉਹਨਾਂ ਨੂੰ ਕਹੂੰਗਾ ਕਿ ਆ ਕੇ ਕੱਲ੍ਹ ਲਾਸਟ ਡੇ ਹੈਗਾ ਤਾਂ ਆ ਕੇ ਜ਼ਰੂਰ ਫਾਇਦਾ ਉਠਾਉਣ। 250 ਕੰਪਨੀਆਂ, ਇਹ ਤਕਰੀਬਨ 1000 ਦੇ ਕਰੀਬ ਮਸ਼ੀਨਰੀ, ਕਿਸੇ ਵੀ ਤਰ੍ਹਾਂ ਦੀ ਤੁਸੀਂ ਮਸ਼ੀਨਰੀ ਦੇਖਣੀ ਚਾਹੋ ਇੱਥੇ ਅਵੇਲੇਬਲ ਹੈਗੀ ਹੈ। ਮਤਲਬ ਕਿ ਮੈਂ ਖੁਦ ਇੱਕ ਮਸ਼ੀਨ ਵਿੱਚ ਜਾ ਕੇ ਵੇਖੀ ਹੈ ਤਾਂ ਬਹੁਤ ਹੀ ਕੁਛ ਨਵਾਂ ਚੇਂਜਸ ਆਈਆਂ ਹੋਈਆਂ, ਨਵੀਂ ਟੈਕਨੋਲੋਜੀ ਬਹੁਤ ਆਈ ਹੋਈ ਹੈ। ਤਾਂ ਪੂਰੇ ਹਰਿਆਣੇ ਤੋਂ ਸਾਡੇ ਕੋਲ ਵਿਜ਼ਟਰਸ ਆਏ ਨੇ, ਉੱਤਰਾਖੰਡ ਤੋਂ ਬਹੁਤ ਫਾਰਮਰਸ ਆਏ ਨੇ, ਹਿਮਾਚਲ, ਜੰਮੂ ਐਂਡ ਕਸ਼ਮੀਰ, ਬਹੁਤ ਫਾਰਮਰ ਇਸ ਵਾਰੀ ਆਇਆ। ਤਾਂ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ, ਔਰ ਜਿਹੜੇ ਸਾਡੇ ਨਹੀਂ ਆਏ ਨੇੜੇ ਵਾਲੇ ਬੰਦੇ ਅਗਰ ਕੋਈ ਰਹਿੰਦੇ ਤਾਂ ਜ਼ਰੂਰ ਕੱਲ੍ਹ ਆ ਕੇ ਵੇਖ ਕੇ। ਜੀ ਲੱਗ ਰਿਹਾ ਕਿ ਇਸ ਤਰ੍ਹਾਂ ਦੇ ਮੇਲੇ ਲੱਗਦੇ ਆ, ਅਤੇ ਹੋਰ ਵੀ ਲੋਕਾਂ ਨੇ ਕਿਹਾ ਕਿ ਕਹਿੰਦੇ ਕਿ ਇਸ ਤਰ੍ਹਾਂ ਮੇਲੇ ਲੱਗਣੇ ਚਾਹੀਦੇ ਤਾਂ ਕਿ ਹੋਰ ਨੌਲੇਜ ਮਿਲਦੀ ਹੈ ਅਤੇ ਜਿਹੜੇ B2B ਨੂੰ ਜਿਹੜਾ ਹੈਗਾ ਮੇਲ ਜੋਲ ਵੱਧਦਾ। ਬਿਲਕੁਲ, B2B ਦੇ ਵਿੱਚ ਵੀ ਸਾਡੇ ਕੋਲ ਤਕਰੀਬਨ ਪੈਨ ਇੰਡੀਆ ਤੋਂ ਡੀਲਰਸ ਆਏ ਹੋਏ ਨੇ, ਤਾਂ ਜਿਨ੍ਹਾਂ ਨੇ ਆ ਕੇ ਨਵੀਆਂ ਮਸ਼ੀਨਾਂ, ਨਵੀਂ ਟੈਕਨੋਲੋਜੀ ਦੇਖੀ, ਜਿਹੜੀ ਕਿ ਉੱਤਰਾਖੰਡ, MP, ਹੋਰ ਜਿਹੜੀਆਂ ਮਹਾਰਾਸ਼ਟਰ ਸਟੇਟਸ ਦੇ ਵਿੱਚ ਜਿਹੜੀਆਂ ਇਹ ਇੰਪਲੀਮੈਂਟ ਸਾਡੇ ਜਾਂਦੇ ਆ, ਪੰਜਾਬ ਤੋਂ ਜਾਂਦੇ ਆ, ਤਾਂ ਇਹਦੇ ਨਾਲ ਬਹੁਤ ਫਾਇਦਾ ਹੋ ਰਿਹਾ ਔਰ ਫਾਰਮਰ ਨੂੰ ਵੀ ਬਹੁਤ ਫਾਇਦਾ ਹੋਊਗਾ, ਕਿਉਂਕਿ ਨਵੀਂ ਟੈਕਨੋਲੋਜੀ ਬਹੁਤ ਕੁਛ ਨਵੀਂ ਆ ਚੁੱਕੀ। ਕਿਸੇ ਵੀ